ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਆਡਿਟ ਸਬੰਧੀ ਸਿੱਖਿਆ ਸੰਸਥਾਵਾਂ ਵੱਲੋਂ ਕੀਤੀ ਗਈ ਘਪਲੇਬਾਜ਼ੀ ਦਾ ਜ਼ਿਕਰ ਕੀਤਾ। ਧਰਮਸੋਤ ਨੇ ਦਸਿਆ ਕਿ ਇਸ ਆਡਿਟ ਪ੍ਰਕਿਰਿਆ ਨੂੰ 31 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ ਇਸ ਦੌਰਾਨ ਕੁੱਲ 3600 ਕਾਲਜਾਂ ਤੇ ਯੂਨੀਵਰਸਿਟੀਆਂ ਦਾ ਆਡਿਟ ਕੀਤਾ ਜਾਵੇਗਾ। ਜੋ ਆਡਿਟ ਹੋਇਆ 3600 ਸਰਕਾਰੀ ਤੇ ਗੈਰ ਸਰਕਾਰੀ ਕਾਲਜ ਯੂਨੀਵਰਸਿਟੀਆਂ ਨੇ ਔਰ ਉਹਨਾਂ ਦੇ ਵਿੱਚ 1800 ਤੋਂ 2000 ਤੱਕ ਪ੍ਰਾਈਵੇਟ ਨੇ ਔਰ ਹੁਣ ਤੱਕ ਦਾ ਜੋ ਆਡਿਟ 250 ਸਰਕਾਰੀ ਅਤੇ ਗੈਰ ਸਰਕਾਰੀਆਂ ਦਾ ਮੁਕੰਮਲ ਹੋਇਆ ਉਹਦੇ 'ਚ 53 ਕਰੋੜ ਕੁਛ ਲੱਖ ਰੁਪਏ ਉਹਨਾਂ ਵੱਲ ਪਾਏ ਗਏ ਨੇ ਔਰ ਮੈਂ ਸਮਝਦਾ ਕਿ ਅਜੇ ਵੱਡੇ ਵੱਡੇ ਜਿਨ੍ਹਾਂ ਦਾ ਵੱਡਾ ਹਿਸਾਬ ਕਿਤਾਬ ਉਹਨਾਂ ਦਾ ਆਡਿਟ ਚੱਲ ਰਿਹਾ ਜੋ ਮੈਂ ਪਹਿਲਾਂ ਕਿਹਾ ਸੀ ਕਿ 700 ਕਰੋੜ ਰੁਪਏ ਦੇ ਨੇੜੇ ਤੇੜੇ ਸਰਕਾਰੀ ਅਤੇ ਗੈਰ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ਦੇ ਐਸੀ ਬੱਚਿਆਂ ਦੇ ਨਾਂ 'ਤੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਨਿਕਲੇਗਾ ਔਰ ਸਾਬਤ ਹੋ ਰਿਹਾ ਔਰ ਜਲਦੀ ਹੀ ਅਗਲਾ ਮੁਕੰਮਲ ਹੋਣ ਵਾਲਾ ਉਹ ਵੀ ਦੱਸਾਂਗੇ ਔਰ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਆਹ ਜਿਹੜੀ ਆਸ਼ੀਰਵਾਦ ਸਕੀਮ ਹੈ 2012 ਤੋਂ ਇਹਦਾ ਵੀ ਅਸੀਂ ਆਡਿਟ ਦੇ ਹੁਕਮ ਦਿੱਤੇ ਨੇ।